ਵੀ ਪੰਜਾਬੀ ਗਾਣੇ ਕਿਰਦਾ ਤੇ ਮੈਂ ਵਰਤ ਰੱਖਿਆ ਹੀ ਹੋਇਆ। ਇੱਕ ਤੇ ਸੰਡੇ ਵੇ ਸੋਚਣ ਦੇ ਆ, ਮੰਡੇ ਦਾ ਵੇਟ ਕਰਨ ਦੇ ਆ, ਮੰਡੇ ਕਦੋਂ ਚੜੇ। ਉਹ ਦਿਲ ਖੁਸ਼ ਹੋ ਗਿਆ, ਨਜ਼ਾਰਾ ਆ ਗਿਆ ਜੀ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਮੈਨ ਵਲੌਗ ਐਂਡ ਦਿਸ ਸਾਈਡ ਦਾ ਡਾਕਟਰ ਜੋ ਚੀਮਾ ਵਲੌਗ। ਸੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਇਸ ਵੀਡੀਓ 'ਚ ਮੈਂ ਤੁਹਾਨੂੰ ਪ੍ਰੋਪਰ ਦੱਸਾਂਗਾ ਕਿ ਇੱਥੇ ਕਿੱਦਾਂ ਤੁਸੀਂ ਫਾਈਂਡ ਕਰ ਸਕਦੇ ਹੋ ਇੰਡੀਅਨ ਰੈਸਟੋਰੈਂਟ, ਅਤੇ ਜਿਹੜੇ ਇੱਥੇ ਵਰਕਿੰਗ ਕਰਦੇ ਨੇ ਉਹ ਇੰਡੀਅਨਸ ਹੁੰਦੇ ਨੇ ਜਾਂ ਫੋਰਨਰ ਵਗੈਰਾ। ਸੋ ਆਹ ਟੈਕਸੀਆਂ ਵੇਖ ਲਓ, ਇਹ ਇੱਦਾਂ ਹੁੰਦੀਆਂ ਨੇ ਜਿਵੇਂ ਆਪਣੇ ਉੱਧਰ ਰੇਸੈਂਟ ਵਗੈਰਾ ਹੁੰਦੀ ਹੈ। ਸੋ ਇਵੇਂ ਦੀਆਂ ਟੈਕਸੀਆਂ ਨੇ ਇੱਥੇ। ਸੋ ਆਹ ਵੇਖ ਲਓ, ਆਹ ਸਾਰੇ ਰੈਸਟੋਰੈਂਟ ਵਗੈਰਾ, ਇਹ ਤਿੱਬਤੀਅਨ ਰੈਸਟੋਰੈਂਟ ਹੈ, ਮਤਲਬ ਇੱਥੇ ਚਾਈਨੀਜ਼ ਛੱਡ ਕੇ ਸੋ ਸਾਰੇ ਦੂਜੇ ਰੈਸਟੋਰੈਂਟ ਵੀ ਹੈਗੇ ਨੇ। ਜਿੰਨੀ ਸਾਰੀ ਮਾਰਕੀਟ ਹੈ ਸਾਰੀ ਇੰਡੀਅਨ ਰੈਸਟੋਰੈਂਟ, ਔਰ ਆਪਣਾ ਜਿਹੜਾ ਨੇਪਾਲੀ ਰੈਸਟੋਰੈਂਟ ਹੁੰਦੇ ਨੇ ਸੋ ਉਹ ਨੇ ਇੱਥੇ। ਪੂਰੀ ਪਾਰਟੀ ਵਗੈਰਾ ਚੱਲਣ ਦੀ ਇੱਥੇ। ਹੁਣ ਸੁਣ ਲਓ ਤੁਸੀਂ ਪੰਜਾਬੀ ਗਾਣੇ, ਸੁਣਨ ਨੂੰ ਇੱਥੇ ਮਿਲਦੇ ਹੋਣਗੇ ਤੁਹਾਨੂੰ। ਵੇਖ ਲਓ ਪਹੁੰਚ ਗਏ ਇੱਕਦਮ ਉੱਤੇ, ਅਤੇ ਆਹ ਮਾਰਕੀਟ ਦਾ ਐਂਡ ਪੁਆਇੰਟ ਹੈ ਇੱਥੇ। ਉਹ ਛੋਟੀਆਂ ਛੋਟੀਆਂ ਜਗ੍ਹਾ ਬਣੀਆਂ ਹੋਈਆਂ ਨੇ। ਉਹ ਦਿਲ ਖੁਸ਼ ਹੋ ਗਿਆ, ਨਜ਼ਾਰਾ ਆ ਗਿਆ ਜੀ। ਦੇਖ ਲਓ ਬਾਬਿਓ, ਕਾਫੀ ਇੱਥੇ ਰੌਣਕ ਬਣੀ ਪਈ ਹੈ, ਚਹਿਲ ਪਹਿਲੀ ਚਹਿਲ ਪਹਿਲੇ, ਅਤੇ ਪੰਜਾਬੀ ਗਾਣੇ ਹਿੰਦੀ ਸਾਰੇ ਮਿਕਸ ਚੱਲਣ ਦਿਆ ਕੰਮ। ਆਹ ਵੇਖੋ ਆਹ ਕੀ ਨਮੂਨੇ ਲੱਗੇ ਪਏ ਨੇ, ਚੈੱਕ ਕਰੋ ਕਾਰਟ ਉਹਨੂੰ। ਅਤੇ ਇਹਨਾਂ ਦਾ ਕੋਈ ਅੱਜ ਫੈਸਟੀਵਲ ਵੀ ਹੈ, ਹੈਪੀ ਨਿਊ ਈਅਰ ਡਰੈਗਨ ਹੋਵੇ ਕੁਛ ਵੀ ਹੋਇਆ। ਸੋ ਇਹਨਾਂ ਦਾ ਫੈਸਟੀਵਲ ਹੈ ਤਾਂ ਕਰਕੇ ਵੀ ਕਾਫੀ ਇੰਜੋਏ ਕਰਦੇ ਨੇ। ਅਤੇ ਸੋ ਇੱਧਰੋਂ ਲੋਕ ਸੋਫੀ ਆਉਂਦੇ ਨੇ ਅਤੇ ਇੱਧਰ ਜਾਂਦੇ ਨੇ, ਅਤੇ ਪੂਰੇ ਰੱਜ ਕੇ ਫਿਰ ਰਿੜਦੇ ਰਿੜਦੇ ਉੱਧਰ ਜਾਂਦੇ ਨੇ, ਅਤੇ ਬਹੁਤ ਹੀ ਕੰਮ ਐਂਡ ਲੈਵਲ ਹੋਇਆ ਪਿਆ। ਸੋ ਆਹ ਵੇਖ ਲਓ ਇੰਡੀਅਨ ਵੀ ਹੈਗੇ ਨੇ ਥੋੜ੍ਹੇ। ਸੋ ਆਹ ਵੇਖੋ ਫੋਟੋ ਫੋਟੋ ਇੱਥੇ ਚੱਲਣ ਦੀ, ਪਤਾ ਨਹੀਂ ਕੀ ਵੇਖੀ ਯਾਰ, ਭੁੱਖ ਵੀ ਬੜੀ ਲੱਗੀ ਹੈ। ਅਤੇ ਹੁਣ ਵਹਿੰਦੇ ਹਾਂ ਕੋਈ ਫੂਡ ਵਗੈਰਾ ਕੋਈ ਮਿਲਦਾ ਇੱਥੇ ਖਾਣ ਪੀਣ ਲਈ, ਤਾਂ ਪਰ ਮੈਨੂੰ ਲੱਗਦਾ ਨਹੀਂ ਕਿ ਮੇਰੇ ਲਈ ਕੁਛ ਅੱਜ ਬਣਿਆ। ਇੱਕ ਤਾਂ ਸੰਡੇ ਵੇ ਸੋਚਣ ਦਿਆਂ, ਮੰਡੇ ਦਾ ਵੇਟ ਕਰਨ ਦਿਆਂ, ਮੰਡੇ ਕਦੋਂ ਚੜੇ। ਅਤੇ ਨਹੀਂ ਤਾਂ ਯਾਰ ਬਾਬੇ ਨੂੰ ਪਤਾ ਹੀ ਹੈ ਕੀ ਕਰ ਸਕਦੇ ਹਾਂ। ਸਵੇਰ ਦਾ ਤਾਂ ਮੈਂ ਵਰਤ ਰੱਖਿਆ ਹੀ ਹੋਇਆ, ਸੋ ਸਵੇਰੇ ਮੈਂ ਉੱਠਿਆ ਕੁਛ ਨਹੀਂ ਖਾਧਾ। ਸ਼ਾਮੀ ਮੈਂ 6 ਵਜੇ ਤੁਹਾਨੂੰ ਮੈਂ ਦਿਖਾਇਆ ਸੀ ਪਿਛਲੀ ਵੀਡੀਓ 'ਚ, ਜਦੋਂ ਮੈਂ ਆਪਣਾ ਉਹ ਖਾਧਾ ਸੀ ਇੱਕ ਬ੍ਰੈਡ ਔਰ ਕੌਫੀ ਵਗੈਰਾ ਲਈ ਸੀ। ਸੋ ਔਰ ਕੁਛ ਨਹੀਂ ਸਵੇਰ ਦਾ ਖਾਧਾ ਯਾਰ, ਅਤੇ ਵੈੱਜ ਕੁਛ ਮਿਲਦਾ ਹੀ ਨਹੀਂ। ਸੋ ਇੱਕ ਬਨਾਨਾ ਲੈ ਲਿਆ ਸੀ ਅਤੇ ਹੋਰ ਕੁਛ ਜ਼ਿਆਦਾਤਰ ਕੌਫੀ ਵਗੈਰਾ, ਅਤੇ ਹੋਰ ਕੁਛ ਖਾਧਾ ਹੀ ਨਹੀਂ। ਬਸ ਇੱਕ ਪਾਣੀ ਦੀ ਬੋਤਲ, ਉਹ ਵੀ ਨਹੀਂ ਚੱਜ ਨਾਲ ਪੀ ਪਾਉਂਦਿਆ, ਪਾਣੀ ਵੀ ਥੋੜ੍ਹਾ ਇਹਨਾਂ ਦਾ ਟੇਸਟ ਅਲੱਗ ਹੈ ਇੱਥੇ। ਚਲੋ ਕੋਈ ਨਹੀਂ, ਸੋ ਗੁਜ਼ਾਰਾ ਤਾਂ ਕਰਨਾ ਪਏਗਾ, ਪਰ ਮਜ਼ਾ ਬਹੁਤ ਆਉਂਦਾ ਹੈ। ਜਿਹੜਾ ਮਜ਼ਾ ਹੈ ਨਾ, ਅਤੇ ਮਜ਼ੇ ਦੇ ਨਾਲ ਭੁੱਖ ਵਗੈਰਾ ਵੀ ਨਹੀਂ ਲੱਗਣ ਦੀ। ਸੋ ਐਕਸਾਈਟਮੈਂਟ ਇੰਨੀ ਜ਼ਿਆਦਾ ਹੋ ਜਾਂਦੀ ਹੈ ਅਤੇ ਭੁੱਖ ਹੀ ਮਰ ਜਾਂਦੀ ਹੈ। ਇੰਨੇ ਵਧੀਆ ਸੜਕਾਂ, ਇੰਨਾ ਕੁਛ ਇੰਜੋਏ ਕਰਕੇ ਨਾ, ਕਸਮ ਨਾਲ ਮੈਂ ਤੁਹਾਨੂੰ ਕਹਿੰਦਾ ਭੁੱਖ ਹੀ ਮਰ ਜਾਂਦੀ ਹੈ ਯਾਰ। ਅਤੇ ਆਪਣੇ ਕੋਲ ਯਾਰ ਮਨੀ ਵੀ ਥੋੜ੍ਹੀ ਜਿਹੀ ਘੱਟ ਰਹਿ ਗਈ ਹੈ, ਆਸਟ੍ਰੇਲੀਆ ਡੋਲਰਸ ਪਏ ਹੋਏ ਨੇ,
ਬਟ ਇਸ ਟਾਈਮ ਸਾਰੇ ਕਰੰਸੀ ਐਕਸਚੇਂਜ ਜਿੰਨੇ ਵੀ ਪੁਆਇੰਟ ਹੁੰਦੇ ਨੇ ਸਾਰੇ ਬੰਦ ਹੋ ਜਾਂਦੇ ਨੇ, ਸੋ ਤਾਂ ਕਰਕੇ ਕੋਈ ਫਾਇਦਾ ਹੀ ਨਹੀਂ ਗਾ ਕਿਤੇ ਜਾ ਕੇ ਐਵੇਂ ਫਾਲਤੂ 'ਚ ਬੇਇੱਜ਼ਤੀ ਕਰਨ ਵਾਲਾ ਕੰਮ ਹੈ। ਅਤੇ ਉਹ ਵੇਖ ਲਓ ਮੈਗਡੀ ਜ਼ਿੰਦਾਬਾਦ ਹੈ ਆਪਣਾ, 100 ਮੇਰੇ ਹਿਸਾਬ ਨਾਲ ਆਪਣਾ ਉੱਥੇ 100-150 ਵਿੱਚ ਸਰ ਜਾਣਾ ਮੈਗਡੀ ਵਿੱਚ। ਸੋ ਕੱਲ੍ਹ ਵੀ ਆਪਾਂ ਮੈਗਡੀ ਖਾਧਾ ਸੀ ਅਤੇ ਅੱਜ ਵੀ ਮੈਗਡੀ ਖਾਵਾਂਗੇ। ਅਤੇ ਬਹੁਤ ਹੀ ਬਾਬਿਓ ਨਜ਼ਾਰਾ ਬੰਨਿਆ ਪਿਆ ਇਸ ਮਾਰਕੀਟ ਨੇ, ਐਂਡ ਹੀ ਲੈਵਲ ਹੋਇਆ ਪਿਆ ਕੰਮ ਇੱਥੇ। ਜ਼ਰੂਰ ਆਓ ਯਾਰ, ਹੋਂਗਕੋਂਗ ਬਹੁਤ ਹੀ ਵਧੀਆ ਪਲੇਸ ਹੈ, ਹੋਂਗਕੋਂਗ, ਮਲੇਸ਼ੀਆ, ਸਿੰਗਾਪੁਰ। ਸੋ ਆਹ ਸਾਰੀਆਂ ਇੱਕ ਦੂਜੇ ਨਾਲ ਰਿਲੇਟ ਕਰਦੀਆਂ ਨੇ ਅਤੇ ਬਹੁਤ ਹੀ ਵਧੀਆ ਸਭ ਕੁਛ ਹੈਗਾ ਇੱਥੇ। ਇੰਡੀਅਨਸ ਹੋ ਗਿਆ, ਚਾਈਨੀਜ਼, ਤਿੱਬਤੀਅਨ, ਔਰ ਆਪਣਾ ਨੇਪਾਲੀ ਨੇਪੁਲੀ, A to Z। ਸੋ ਕੱਲ੍ਹ ਇੱਕ ਪੰਜਾਬੀ ਵੇਖਿਆ ਸੀ, ਉਹ ਵੀ ਬਾਰ ਦੇ ਵਿੱਚ, ਅਤੇ ਇੱਕ ਪੰਜਾਬੀ ਮੁੰਡਾ ਅਤੇ ਪੂਰੀ ਫੈਮਿਲੀ ਦੁਮਾਲੇ ਵਾਲੀ ਵੇਖੀ ਸੀ ਉੱਥੇ, ਅਬਜ਼ਰਵੇਸ਼ਨ ਜਿਹੜਾ ਪਾਰਕ ਹੈ ਨਾ ਵੀਲ, ਸੋ ਉੱਥੇ ਵੇਖਿਆ ਸੀ। ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ, ਮਲੇਸ਼ੀਆ ਜਾਓਗੇ ਬਜਟ 'ਚ ਆ ਜਾਏਗਾ, ਪਰ ਆਹ ਜਿਹੜਾ ਹੋਂਗਕੋਂਗ ਹੈ ਇਟਸ ਐਕਸਪੈਂਸਿਵ, ਸੋ ਥੋੜ੍ਹਾ ਜਿਹਾ ਜੇਬ ਢਿੱਲੀ ਕਰਕੇ ਆਇਓ ਤਾਂ ਹੀ ਇੱਥੇ ਆਉਣ ਦਾ ਫਾਇਦਾ ਹੋਂਗਕੋਂਗ, ਨਹੀਂ ਤਾਂ ਹੋਂਗਕੋਂਗ ਆਉਣ ਦਾ ਬਿਲਕੁਲ ਫਾਇਦਾ ਨਹੀਂ ਗਾ। ਸੋ ਇੱਥੇ ਤਾਂ ਪਹੁੰਚ ਜਾਓਗੇ ਪਰ ਇੱਥੇ ਖਾਣਾ ਪੀਣਾ ਘੁੰਮਣਾ ਸਭ ਕੁਛ ਬਹੁਤ ਜ਼ਿਆਦਾ ਮਹਿੰਗਾ ਯਾਰ। ਲਓ ਜੀ ਬਾਬਿਓ, ਖਾਲੀ ਮੇਰਾ ਫੋਨ ਰਹਿ ਗਿਆ ਜੇ 10%। ਸੋ ਮੈਪ ਵਗੈਰਾ ਵੀ ਵੇਖਣਾ ਹੁੰਦਾ ਨਾ, ਕੱਲ੍ਹ ਵੀ ਮੇਰਾ ਫੋਨ ਡੈੱਡ ਹੋ ਗਿਆ ਸੀ ਅਤੇ ਬਹੁਤ ਪ੍ਰੋਬਲਮ ਆਈ ਸੀ, ਪਰ ਮੈਨੂੰ ਮੇਰੇ ਹੋਟਲ ਦਾ ਨਾਮ ਪਤਾ ਸੀ ਤਾਂ ਕਰਕੇ ਮੈਂ ਟੈਕਸੀ ਵਾਲੇ ਨੂੰ ਦੱਸਿਆ, ਅਤੇ ਚੂਨਾ ਵੀ ਲੱਗ ਗਿਆ ਸੀ ਕਿਉਂਕਿ ਉਹਨੇ ਮੇਰੇ ਤੋਂ 40 ਪਤਾ ਨਹੀਂ $45 ਲਏ, ਕਮ ਸੇ ਕਮ 2 ਕਿਲੋਮੀਟਰ ਵੀ ਨਹੀਂ ਸੀ ਉਹ। ਲਓ ਜੀ ਬਾਬਿਓ, ਫਿਰ ਕਰਦੇ ਹਾਂ ਆਪਣੇ ਵਲੋਗ ਨੂੰ ਇੱਥੇ ਐਂਡ। ਹੋਪ ਕਰਦਾ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਾ ਹੋਏਗਾ, ਸੋ ਅਗਰ ਵਧੀਆ ਲੱਗਾ ਤਾਂ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਮਿਲਦੇ ਹਾਂ ਇੱਕ ਨਵੇਂ ਇੰਟਰਸਟਿੰਗ ਵਲੋਗ 'ਚ ਹੋਣ ਦੇ ਲਈ। ਬਾਏ ਬਾਏ।